ਪਾਠ 13 ਕੱਪੜੇ ਦਾ ਉਦਯੋਗ। ਕੱਪੜਾ ਜੀਵਨ ਦੀ ਮੁੱਖ ਲੋੜ ਹੈ। ਸਰੀਰ ਦਾ ਨੰਗੇਜ ਢੱਕਣ ਤੋਂ ਇਲਾਵਾ ਇਸ ਦੀ ਵਰਤੋਂ ਸਰੀਰ ਨੂੰ ਮੌਸਮੀ ਤਬਦੀਲੀਆਂ ਤੋਂ ਬਚਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਬਹੁਤ ਪੁਰਾਣੀ ਹੈ। ਕੱਪੜੇ ਦਾ ਆਪਣਾ ਇੱਕ ਲੰਮਾ ਚੌੜਾ ਇਤਿਹਾਸ ਹੈ। ਕੱਪੜਾ ਸੂਤ ਤੋਂ ਬਣਦਾ ਹੈ। ਸੂਤ ਰੂੰ ਨੂੰ ਕੱਤ ਕੇ ਬਣਾਇਆ ਜਾਂਦਾ ਹੈ ਤੇ ਰੂੰ ਕਪਾਹ ਤੋਂ ਮਿਲਦੀ ਹੈ। ਕਪਾਹ ਨੂੰ ਕਿਸਾਨ ਪੈਦਾ ਕਰਦਾ ਹੈ ਤੇ ਆਪਣੇ ਖੇਤ ਚੋਂ ਇਕੱਠਾ ਕਰਕੇ ਮੰਡੀ ਵਿੱਚ ਵੇਚ ਦਿੰਦਾ ਹੈ। ਕਪਾਹ ਖੇਤਾਂ ਵਿੱਚ ਉਗਾਈ ਜਾਂਦੀ ਹੈ। ਕਪਾਹ ਦੇ ਫੁੱਲ ਤੋਂ ਬਾਅਦ ਜਦੋਂ ਫਲ ਆਉਂਦਾ ਹੈ ਜਿਸ ਨੂੰ ਟਿੰਡਾ ਆਖਦੇ ਹਨ, ਇਸ ਟਿੰਡੇ ਦੇ ਫੁੱਟਣ ਉੱਪਰ ਕਪਾਹ ਦੀਆਂ ਫੁੱਟੀਆਂ ਨੂੰ ਇਕੱਠਾ ਕਰ ਲਿਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਕਪਾਹ ਚੁਗਣਾ ਆਖਦੇ ਹਨ ਤੇ ਕਪਾਹ ਚੁਗਣ ਵਾਲਿਆਂ ਨੂੰ ਚੋਣਾ। ਪੰਜਾਬ ਵਿੱਚ ਕਪਾਹ ਦੀ ਫਸਲ ਦਾ ਇਲਾਕਾ ਫਾਜ਼ਿਲਕਾ, ਅਬੋਹਰ, ਬਠਿੰਡਾ ਆਦਿ ਹਨ। ਇਸ ਦੀ ਰੇਤਲੀ ਜ਼ਮੀਨ ਕਪਾਹ ਦੀ ਖੇਤੀ ਲਈ ਵਰਦਾਨ ਸਮਝੀ ਜਾਂਦੀ ਹੈ। ਚੁੱਗੀ ਹੋਈ ਕਪਾਹ ਨੂੰ ਵੇਲੜਿਆਂ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਇਸ ਤੋਂ ਰੂਹ ਤੇ ਵੜੇਵੇ ਵੱਖ ਵੱਖ ਕੀਤੇ ਜਾਂਦੇ ਹਨ। ਰੂਹ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ। ਦਬਾ ਕੇ ਇਕੱਠੀ ਕੀਤੀ ਹੋਈ ਰੂਹ ਨੂੰ ਗੱਠ ਆਖਿਆ ਜਾਂਦਾ ਹੈ। ਇੱਕ ਗੱਠ ਦਾ ਵਜ਼ਨ ਲਗਭਗ 170 ਕਿਲੋਗ੍ਰਾਮ ਹੁੰਦਾ ਹੈ। ਇੱਕ ਗੱਠ ਚੌਰਸ ਆਕਾਰ ਦੀ ਹੁੰਦੀ ਹੈ। ਇਸ ਤਰ੍ਹਾਂ ਗੱਠਾਂ ਦੇ ਰੂਪ ਵਿੱਚ ਰੂਹ ਕੱਪੜੇ ਦੇ ਕਾਰਖਾਨੇ ਵਿੱਚ ਪਹੁੰਚਦੀ ਹੈ ਜਿੱਥੇ ਇਸ ਨੂੰ ਲੋੜ ਅਨੁਸਾਰ ਪਿੰਜਿਆ ਤੇ ਕੱਤਿਆ ਜਾਂਦਾ ਹੈ। ਪਿੰਜਣ ਦੀ ਕਿਰਿਆ ਵਿੱਚ ਰੂਹ ਦੇ ਰੇਸ਼ਿਆਂ ਨੂੰ ਖੋਲਿਆ ਜਾਂਦਾ ਹੈ, ਫਿਰ ਇਸ ਨੂੰ ਕਤਾਈ ਲਈ ਭੇਜ ਦਿੱਤਾ ਜਾਂਦਾ ਹੈ। ਕਿਸੇ ਵੇਲੇ ਇਹ ਕੰਮ ਭਾਰਤ ਦੇ ਘਰ ਘਰ ਵਿੱਚ ਹੱਥੀ ਕੀਤਾ ਜਾਂਦਾ ਸੀ। ਪਿੰਜੀ ਹੋਈ ਰੂਹ ਤੋਂ ਪੂੜੀਆਂ ਬਣਾਈਆਂ ਜਾਂਦੀਆਂ ਹਨ। ਪੂੜੀਆਂ ਨੂੰ ਚਰਖਿਆਂ ਉੱਪਰ ਕੱਤਿਆ ਜਾਂਦਾ ਸੀ। ਕੱਤੇ ਹੋਏ ਸੂਤ ਗਲੋਟੇ ਆਖਦੇ ਹਨ। ਸੂਤ ਇੱਕ ਪ੍ਰਕਾਰ ਦਾ ਧਾਗਾ ਹੀ ਹੁੰਦਾ ਸੀ। ਇਸ ਧਾਗੇ ਨੂੰ ਅੱਟਿਆਂ ਦਾ ਰੂਪ ਦੇ ਕੇ ਜੁਲਾਹੇ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ। ਜੁਲਾਹਾ ਇਸ ਸੂਤ ਤੋਂ ਸੂਤੀ ਕੱਪੜਾ ਬੁਣਦਾ ਸੀ। ਇਸ ਕੰਮ ਲਈ ਜਿਸ ਸਾਧਨ ਦੀ ਉਹ ਵਰਤੋਂ ਕਰਦਾ ਸੀ ਉਸ ਨੂੰ ਖੱਡੀ ਆਖਦੇ ਹਨ। ਖੱਡੀ ਹੱਥ ਨਾਲ ਚੱਲਦੀ ਸੀ ਜਿਸ ਉੱਪਰ ਸੂਤ ਦਾ ਤਾਣਾ ਤਣਿਆ ਜਾਂਦਾ ਸੀ। ਇਸ ਤਣੇ ਹੋਏ ਤਾਣੇ ਵਿੱਚੋਂ ਪੇਟਾ ਸੂਤ ਦਾ ਧਾਗਾ ਜੋ ਸੱਜੇ ਤੋਂ ਖੱਬੇ ਤੇ ਫਿਰ ਖੱਬੇ ਤੋਂ ਸੱਜੇ ਪਾਸੇ ਬੁਣਿਆ ਜਾਂਦਾ ਸੀ। ਲੰਘਾ ਕੇ ਕੁੱਝ ਗਜ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਸੀ। ਕਿਸੇ ਵੇਲੇ ਸਾਡੇ ਦੇਸ਼ ਦੇ ਕਾਰੀਗਰ ਹੱਥੀ ਇਹ ਸਾਰਾ ਕੰਮ ਕਰਦੇ ਸਨ। ਬਣੇ ਹੋਏ ਕੱਪੜੇ ਨੂੰ ਲਿਲਾਰੀ ਕੋਲ ਭੇਜ ਕੇ ਰੰਗਾਇਆ ਜਾਂਦਾ ਸੀ। ਰੰਗੇ ਹੋਏ ਕੱਪੜੇ ਤੋਂ ਦਰਜੀ ਕਮੀਜ਼, ਪਜਾਮੇ, ਸੁਥਣਾ, ਵਾਸਕਟਾ ਆਦਿ ਦੀ ਸਿਲਾਈ ਕਰਦਾ ਸੀ। ਆਧੁਨਿਕ ਯੁੱਗ ਵਿੱਚ ਇਹ ਕੰਮ ਕਾਰਖਾਨਿਆਂ ਵਿੱਚ ਹੁੰਦਾ ਹੈ ਜਿੱਥੇ ਇਸ ਵਾਸਤੇ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ। ਇਹ ਮਸ਼ੀਨਾਂ ਦਿਨ ਰਾਤ ਕੰਮ ਕਰਦੀਆਂ ਹਨ ਤੇ ਢੇਰ ਸਾਰਾ ਕੱਪੜਾ ਤਿਆਰ ਕਰ ਦਿੰਦੀਆਂ ਹਨ। ਅੱਜ ਕੱਲ ਸੂਤੀ ਕੱਪੜਾ ਕਈ ਪ੍ਰਕਾਰ ਦਾ ਮਿਲਦਾ ਹੈ। ਸ਼ੁੱਧ ਸੂਤੀ ਕੱਪੜੇ ਤੋਂ ਇਲਾਵਾ ਸੂਤ ਨਾਲ ਕਈ ਹੋਰ ਰੇਸ਼ਿਆਂ ਨੂੰ ਮਿਲਾ ਕੇ ਬਹੁਤ ਹੀ ਵਧੀਆ ਕੱਪੜਾ ਬਣਦਾ ਹੈ ਜੋ ਪਾਉਣ ਵਿੱਚ ਹਲਕਾ, ਪਤਲਾ ਤੇ ਸੂਤੀ ਕੱਪੜੇ ਤੋਂ ਵਧੇਰੇ ਹੰਢਣ ਸਾਰ ਹੁੰਦਾ ਹੈ। ਭਾਰਤ ਵਿੱਚ ਸੂਤੀ ਕੱਪੜੇ ਦੇ ਉਦਯੋਗ ਵਧੇਰੇ ਤਰ ਗੁਜਰਾਤ, ਮਹਾਰਾਸ਼ਟਰ, ਮਦਰਾਸ ਆਦਿ ਥਾਵਾਂ ਉੱਪਰ ਹਨ ਜੋ ਸਮੁੰਦਰ ਦੇ ਕਿਨਾਰੇ ਵਸੇ ਹੋਏ ਪ੍ਰਦੇਸ਼ ਹਨ। ਮੁੰਬਈ, ਕਲਕੱਤਾ, ਸੂਰਤ, ਅਹਿਮਦਾਬਾਦ ਆਦਿ ਉਹ ਨਗਰ ਹਨ ਜਿੱਥੇ ਸੂਤੀ ਕੱਪੜਿਆਂ ਦੇ ਉਦਯੋਗ ਸਥਿਤ ਹਨ। ਇਸ ਦਾ ਵੱਡਾ ਕਾਰਨ ਇਸ ਖੇਤਰ ਦਾ ਪੌਣ ਪਾਣੀ ਹੈ। ਹਵਾ ਵਿੱਚ ਲੋੜੀਂਦੀ ਨਮੀ ਦੀ ਮਾਤਰਾ ਸੂਤੀ ਧਾਗੇ ਨੂੰ ਬਾਰ ਬਾਰ ਟੁੱਟਣ ਤੋਂ ਰੋਕਦੀ ਹੈ। ਭਾਰਤ ਦੇ ਨਾਲ ਬੰਗਲਾਦੇਸ਼ ਵਿੱਚ ਵੀ ਕੱਪੜੇ ਦੇ ਕਾਰਖਾਨੇ ਸਥਿਤ ਹਨ। ਸੂਤੀ ਕੱਪੜੇ ਵਿੱਚ ਮਲਮਲ ਦਾ ਨਾਂ ਸਭ ਨੇ ਸੁਣਿਆ ਹੋਵੇਗਾ। ਮਲਮਲ ਇੱਕ ਬਹੁਤ ਹੀ ਮਹੀਨ ਕਿਸਮ ਦਾ ਕੱਪੜਾ ਹੁੰਦਾ ਹੈ ਜੋ ਵਧੇਰੇ ਤਰ ਪੱਗਾਂ ਤੇ ਸਾਫਿਆਂ ਲਈ ਵਰਤਿਆ ਜਾਂਦਾ ਹੈ।
ਆਖਦੇ ਹਨ ਕਿ ਬੰਗਾਲ ਦੀ ਟਾਕੇ ਦੀ ਮਲਮਲ ਕਾਂ ਉੱਪਰ ਵਿਛਾ ਦਿੱਤੀ ਜਾਵੇ ਤਾਂ ਨਜ਼ਰ ਨਹੀਂ ਸੀ ਆਉਂਦੀ। ਕੱਪੜਾ ਇੰਨਾ ਹਲਕਾ ਹੁੰਦਾ ਸੀ ਕਿ ਅੰਗੂਠੀ ਚੋਂ ਪੂਰਾ ਥਾਣ ਲੰਘਾ ਕੇ ਦਿਖਾ ਦਿੱਤਾ ਜਾਂਦਾ ਸੀ। ਕੱਪੜੇ ਦੀ ਮਿਣਤੀ ਗਜਾਂ ਜਾਂ ਮੀਟਰ ਵਿੱਚ ਕੀਤੀ ਜਾਂਦੀ ਹੈ। ਲਪੇਟੇ ਹੋਏ ਤਿਆਰ ਕੱਪੜੇ ਨੂੰ ਥਾਣ ਆਖਦੇ ਹਨ। ਰੰਗ ਬਿਰੰਗੇ ਕੱਪੜੇ ਦੇ ਇਹ ਥਾਣ ਤੁਸੀਂ ਅਕਸਰ ਬਜਾਜ ਦੀ ਦੁਕਾਨ ਉੱਪਰ ਅਲਮਾਰੀਆਂ ਵਿੱਚ ਸਜੇ ਹੋਏ ਦੇਖ ਸਕਦੇ ਹੋ। ਕੱਪੜਾ ਵੇਖਣ ਦਾ ਕੰਮ ਕਰਨ ਵਾਲੇ ਨੂੰ ਬਜਾਜ ਆਖਦੇ ਹਨ ਤੇ ਇਸ ਦੇ ਵਪਾਰ ਨੂੰ ਬਜਾਜੀ। ਇੱਕ ਸਮਾਂ ਸੀ ਜਦੋਂ ਬਜਾਜਾਂ ਤੋਂ ਕੱਪੜਾ ਖਰੀਦ ਕੇ ਦਰਜੀਆਂ ਤੋਂ ਸਿਲਾਈ ਕਰਵਾਈ ਜਾਂਦੀ ਸੀ, ਪਰ ਸਮੇਂ ਨਾਲ ਬਾਜ਼ਾਰ ਦਾ ਚੱਲਣ ਬਦਲ ਗਿਆ ਹੈ। ਅੱਜ ਕੱਲ ਕੱਪੜੇ ਦੇ ਤਿਆਰ ਕੱਪੜਿਆਂ ਦਾ ਬਾਜ਼ਾਰ ਵਧੇਰੇ ਸਰਗਰਮ ਹੋ ਗਿਆ ਹੈ। ਗਾਹਕ ਦਰਜੀ ਕੋਲ ਕੱਪੜਾ ਦੇ ਕੇ ਉਡੀਕਣਾ ਨਹੀਂ ਚਾਹੁੰਦਾ, ਉਸ ਨੂੰ ਬਾਜ਼ਾਰ ਚੋਂ ਆਪਣੇ ਵੇਚੇ ਦੇ ਕੱਪੜੇ ਤਿਆਰ ਬਰ ਤਿਆਰ ਮਿਲਦੇ ਹਨ। ਉਹ ਆਪਣੇ ਵੇਚੇ ਦੇ ਕੱਪੜੇ ਖਰੀਦ ਕੇ ਪਾ ਕੇ ਖੁਸ਼ ਹੁੰਦਾ ਹੈ। ਦੂਜੇ ਪਾਸੇ ਦਰਜੀਆਂ ਦਾ ਕਹਿਣਾ ਹੈ ਕਿ ਚਾਹੇ ਉਹਨਾਂ ਦੇ ਕੰਮ ਦਾ ਮਹੱਤਵ ਪਹਿਲੇ ਵਾਲਾ ਨਹੀਂ ਰਿਹਾ, ਫਿਰ ਵੀ ਸਿਲੇ ਸਿਲਾਏ ਕੱਪੜੇ ਵਿੱਚ ਉਹ ਗੱਲ ਨਹੀਂ ਹੁੰਦੀ ਜਿਹੜੀ ਆਪਣੇ ਵੇਚੇ ਦੇ ਕੱਪੜੇ ਵਿੱਚ ਹੁੰਦੀ ਹੈ। ਪਰ ਮਸ਼ੀਨਾਂ ਦੇ ਦੌਰ ਵਿੱਚ ਕਾਰਖਾਨਿਆਂ ਦੇ ਇਸ ਯੁੱਗ ਵਿੱਚ ਦਰਜੀ ਤੇ ਬਜਾਜੀ ਪਛੜ ਗਏ ਹਨ। ਇਸ ਦੇ ਨਾਲ ਹੀ ਜੁਲਾਹੇ, ਬੁਣਕਰ ਤੇ ਲਿਲਾਰੀ ਵੀ ਪਛੜ ਗਏ ਹਨ। ਉਹਨਾਂ ਦੇ ਕੰਮ ਵਿੱਚ ਜ਼ਿਆਦਾ ਮਹੱਤਤਾ ਨਹੀਂ ਰਹੀ, ਉਹਨਾਂ ਦਾ ਸਾਰਾ ਕੰਮ ਮਸ਼ੀਨਾਂ ਨੇ ਸਾਂਭ ਲਿਆ ਹੈ।